ਜਦੋਂ ਤਾਜ਼ੀਆਂ ਕੱਢਦੇ ਸੋ ਮੁਹਰਮ ਆਉਂਦੇ ਸੀ, ਹਾਂਜੀ, ਉਦੋਂ ਕੋਈ ਰੈਜ਼ਿਸਟੈਂਸ ਉਦੋਂ ਦੂਜੀ ਹਿੰਦੂ ਬਰਾਦਰੀ ਵੱਲੋਂ ਜਾਂ ਕੋਈ ਐਸਾ ਤਾਂ ਨਹੀਂ ਸੀ ਵਾਕਿਆ ਹੈਗਾ ਵੀ ਤੁਹਾਨੂੰ ਮਜ਼ਹਬੀ ਆਜ਼ਾਦੀ ਨਾ ਹੋਵੇ? ਨਾ ਨਾ, ਇੱਕ ਤਾਂ ਮੁਸਲਮਾਨ ਅਤੇ ਹਿੰਦੂ ਕੋਈ ਫਿਰਕਾਬਾਜ਼ੀ ਕੋਈ ਨਹੀਂ, ਬਿਲਕੁਲ ਨਾ। ਵੀ ਉਹ ਜਦੋਂ ਤੁਹਾਡੇ ਹੁੰਦੇ ਸੀ ਤਾਜ਼ੀਆਂ ਦੇ ਦਿਨ ਹੁੰਦੇ ਸੀ ਈਦ ਆ ਗਈ, ਪਿਆਰ ਮੁਹੱਬਤ ਅਤੇ ਉਹ ਸਿੱਖ ਪਾਣੀ ਪਿਲਾਉਂਦੇ ਸੀ, ਪਾਣੀ ਸਬੀਲਾਂ ਲਾਉਂਦੇ ਸੀ ਪਾਣੀ। ਅੱਛਾ, ਹਾਂਜੀ, ਹਿੰਦੂ ਸਿੱਖ ਸਬੀਲਾਂ ਲਾਉਂਦੇ ਸੀ, ਹਾਂਜੀ, ਜਦੋਂ ਮਾਤਮ ਹੁੰਦਾ ਸੀ, ਹਾਂਜੀ, ਤਾਜ਼ੀਆਂ ਕੱਢਦੇ, ਹਾਂਜੀ, ਅੱਛਾ, ਸਬੀਲਾਂ ਲਾਉਂਦੇ ਸੀ, ਹਿੰਦੂ ਪਾਣੀ ਪਿਲਾਉਂਦੇ ਸੀ, ਪਿਆਰ ਸੀ, ਪੁਤਲਾ ਮਿੱਟੀ ਨੂੰ ਰੋਂਦਾ ਘੁੰਮ ਗਏ ਕਰਾਂ ਦੇ ਬਾਰ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਨਹੀਂ। ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਇੰਝ ਕਰੀਓ, ਇਹਨਾਂ ਨੂੰ ਲੈ ਜਾ ਕੇ ਨਾ ਦਰਿਆ ਲੱਗਿਆ ਕਰੇ ਤਾਂ ਮਾਂ ਸਾਡੇ ਰਸਤੇ ਮਾਂ ਉੱਥੇ ਲੈ ਜਾ ਕੇ ਨਾ ਇਹਨਾਂ ਨੂੰ ਅਤੇ ਬੰਦਾ ਨੂੰ ਮਾਰ ਦਿਓ, ਸਮਾਨ ਲੁੱਟ ਲਿਓ ਅਤੇ ਜਨਾਨੀਆਂ ਨੇ ਚੁੱਕ ਲਿਓ। ਅਤੇ ਉਹ ਮੁੰਡੇ ਨੇ ਆ ਕੇ ਦੱਸਿਆ, ਗੱਡਾਂ ਮਾਂ ਸਮਾਨ ਲੱਦ ਲਿਆ, ਸਾਰਾ ਕੁਝ ਹੋ ਗਿਆ, ਉਹਨੇ ਆ ਕੇ ਦੱਸਿਆ ਵੀ ਇਹ ਗੱਲ ਹੈ, ਸਮਾਨ ਸਮੂਨ ਅੰਦਰ ਰੱਖ ਦਿਆ ਜੀ, ਬਾਰਿਸ ਬਾਰਿਸ ਉਸ ਜ਼ਮਾਨੇ ਮੈਂ ਬਾਰਿਸ ਨਹੀਂ ਸੀ ਰੁਕੇ, ਰਾਤ ਦਿਨ ਬਾਰਿਸ ਪੈਂਦੀ ਰਹਿੰਦੀ। ਪਿੰਡਾਂ ਦੇ ਨਕਸ਼ੇ ਤਾਂ ਉਕਰੇ ਪਏ ਨੇ ਉਹ ਪਿੱਪਲਾਂ ਦੀ ਛਾਵੇਂ। ਬੈਠ ਕੇ ਕਰੀ ਸਲਾਹ ਕੀ ਕਰੀਏ, ਮਾਰੇ ਗਏ, ਸਲਾਹ ਫਿਰ ਇਹ ਪੁੱਗੀ ਵੀ ਤੁਸੀਂ ਇੰਝ ਕਰੋ, ਆਪਣੇ ਬੱਚੇ ਪੈਸਾ ਜਿਸ ਪਾ ਪੈਸਾ ਆਪਣਾ ਪੈਸਾ ਲੈ ਲਓ, ਬੱਚੇ ਲੈ ਲਓ, ਕੱਪੜੇ ਲੈ ਲਓ ਅਤੇ ਰਾਤ ਨੂੰ ਨਿਕਲੀ, ਰਾਤ ਨੂੰ ਨਿਕਲੇ ਜੀ ਅਸੀਂ, ਫਿਰ ਇਤਨੇ ਇਤਨੇ ਪਾਣੀ ਮੈਨੂੰ ਕਹੀਂ ਇਤਨਾ ਕਹੀਂ ਇਤਨਾ, ਰਾਤ ਨੂੰ ਨਿਕਲੇ ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਂਦਾ ਗੁੰਮ ਗਏ। ਉਹਨਾਂ ਬਣਾਇਆ ਚੀਰ, ਝੀਵਰ ਨਹੀਂ ਹੁੰਦੇ ਉਹਨੂੰ, ਲੈ ਬਈ ਇਹਨਾਂ ਨੂੰ ਨਾ ਮਾਰ ਕੰਡੇ ਕਾ ਫੁੱਲ ਟਪਾਇਆ, ਜੇ ਤੂੰ ਰਸਤੇ ਮੈਂ ਇਹਨਾਂ ਕੀ ਗੈਰ ਕੋਈ ਹਰਕਤ ਕਰੀ ਮੈਂ ਤੈਨੂੰ ਫੜਕਾ ਦੂੰ। ਉਹਨਾਂ ਕਾ ਨਹੀਂ, ਉਹ ਜਨਾਬ ਲੈ ਗਿਆ ਮੈਨੂੰ, ਮਾਰ ਕੰਡੇ ਕਾ ਫੁੱਲ ਟਪਾ ਦਿਆ, ਅੱਗੇ ਸ਼ਹਿਰ ਮੈਂ ਤਾਂ ਘਰਾਂ ਕਾ ਪਤਾ ਤਾਂ ਨਾ, ਮਾਰ ਕੰਡੇ ਕਾ ਫੁੱਲ ਟਪਾ ਦਿਆ, ਅਸੀਂ ਜਨਾਬ ਘਰ ਚਲੇ ਗਏ। ਇਤਨੇ ਇਤਨੇ ਵੀ ਛੋਟੇ ਬੰਦੇ ਬਾਲ ਰੱਖੇ ਹੋਏ ਅਤੇ ਹਿੰਦੁਸਤਾਨ ਮਾਂ, ਮੈਨੂੰ ਕਹਿਣ ਲੱਗਾ ਜਾਮਤ ਕਰਾ ਜੀ ਮੈਂ ਪਾਕਿਸਤਾਨ ਮਾਂ ਕਰਾਉਂਗੇ। ਉਹਨਾਂ ਨੇ ਜਨਾਬ ਇੰਜ ਕਰਕੇ ਨਾ ਇੰਜ ਵਿੱਚੋਂ ਪੀਲੀ ਟਾਕੀ ਲਾ ਕੇ ਸਿੱਖ ਬਣਾ ਦਿਆ, ਇੱਥੇ ਕਿਰਪਾਨ ਪਾ ਦੀ, ਇੱਕ ਹੱਥ ਮਾਂ ਬਰਛਾ ਇੱਕ ਹੱਥ ਮਾਂ ਤਲਵਾਰ। ਮੈਨੂੰ ਕਹਿ ਦੁਸ਼ਮਣ ਪਿਆਰੇ ਵੀ ਹੁੰਦੇ ਆ, ਮੈਨੂੰ ਕਹਿਣ ਲੱਗਾ ਤੂੰ ਇਸ ਸਿੱਖ ਦੇ ਨਾਲ ਫਿਰਦਾ ਹੈ ਪੱਠੇ, ਹਾਂ ਗੈਂ ਰੱਖੀ ਵੀ ਤੂੰ ਪੱਠੇ ਲੈਣ ਅਤੇ ਇਹਨੂੰ ਮਾਰ ਕੇ ਨੱਸ ਜਾ। ਮੈਂ ਕਿਹਾ ਮੈਂ ਆਪਣੇ ਦਿਲ ਮਾਂ ਸੋਚਿਆ ਵੀ ਇਹਨੂੰ ਮਾਰ ਕੇ ਤੂੰ ਮੈਂ ਨੱਸ ਜੂੰ ਅਤੇ ਮੇਰੀ ਮਾਂ ਅਤੇ ਭੈਣਾਂ ਮੈਂ ਕਹਾਂ ਜਾ, ਇਸ ਨੂੰ ਤਾਂ ਮਾਰ ਦਿਆ ਮੰਨਾ ਨੱਸ ਗਿਆ ਅਤੇ ਮਾਂ ਭੈਣਾਂ ਤੋਂ ਬਾਹਾਂ ਉਹਨਾਂ ਨੂੰ ਮੈਂ ਕਿਸ ਤਰ੍ਹਾਂ ਤੋੜ ਕੇ ਨੱਸਾ ਪੈਰ ਨੂੰ। ਉਹ ਸਰਕਾਰ ਆਟੇ ਦੀਆਂ ਕੋਈ ਚਿੜੀਆਂ ਨੂੰ ਆਖੋ ਉੱਡ ਕੇ ਹੀ ਆ ਜੋ ਇੱਕ ਵਾਰ ਨਹੀਂ। ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਮੈਂ ਨਾਸਰ ਢਿੱਲੋਂ। 1947 ਦੀ ਵੰਡ, 1947 ਦੇ ਉਜਾੜੇ ਜਿਹਨੂੰ ਇਹ ਬਜ਼ੁਰਗ ਜਿਹੜੇ ਗਦਰ ਵੀ ਕਹਿੰਦੇ ਆ, ਉਹਨਾਂ 'ਤੇ ਚਾਨਣ ਪਾਈਦਾ, ਉਹਨਾਂ ਸਟੋਰੀਜ਼ ਨੂੰ ਉਹਨਾਂ ਕਹਾਣੀਆਂ ਨੂੰ ਤੁਹਾਡੇ ਤੱਕ ਰੱਖੀਦਾ ਕਿ ਉਦੋਂ ਕਿਸ ਤਰ੍ਹਾਂ ਵਾਇਲੈਂਸ ਹੋਈ ਆ। ਉਸ ਤੋਂ ਪਹਿਲਾਂ ਜੇ ਆਪਾਂ ਪਾਰਟੀਸ਼ਨ ਤੋਂ ਪਹਿਲੇ ਦੀ ਗੱਲ ਕਰ ਲਈਏ, ਕਿਸ ਤਰ੍ਹਾਂ ਦੀ ਲੋਕਾਂ ਦੇ ਵਿੱਚ ਸਾਂਝ ਸੀ, ਕਿਸ ਤਰ੍ਹਾਂ ਦਾ ਆਪਸ ਦੇ ਵਿੱਚ ਪਿਆਰ ਸੀ, ਕਿਸ ਤਰ੍ਹਾਂ ਦਾ ਰਹਿਣ ਸਹਿਣ ਸੀ, ਕਿਸ ਤਰ੍ਹਾਂ ਲੋਕ ਵੱਸਦੇ ਸਨ, 3-4 ਮਜ਼ਹਬ ਬਲਕਿ ਕਿੰਨੇ ਸਾਰੇ ਪਿੰਡਾਂ ਦੇ ਵਿੱਚ 5-5, 6-6 ਧਰਮਾਂ ਦਿਨ ਤੋਂ ਬਿਲੋਂਗ ਕਰਨ ਵਾਲੇ ਵੀ ਲੋਕ ਵੀ ਆਪਸ 'ਚ ਵੱਸਦੇ ਸਨ, ਉਹਨਾਂ ਦੀ ਸਾਂਝ ਕਿਸ ਤਰ੍ਹਾਂ ਦੀ ਸੀ।
ਫਿਰ ਜਿਹੜੀ ਵਾਇਲੈਂਸ ਹੋਈ ਉਹਦੇ ਪਿੱਛੇ ਕੀ ਮੁਹਰਕਾਰ ਸਨ, ਕੀ ਹੋਇਆ, ਇਹਨਾਂ ਸਾਰੀਆਂ ਹਕਾਇਕ ਨੂੰ ਜਾਣਨ ਦੀ ਕੋਸ਼ਿਸ਼ ਕਰੀ ਹੋਈ ਆ ਕਿ 1947 ਤੋਂ ਬਾਅਦ ਹੁਣ ਤੱਕ ਦੇ ਜਿਹੜੇ ਸਾਡੇ ਆਪਸੀ ਦੇ ਵਿੱਚ ਰੌਲੇ ਬਣੇ ਆ, ਅਸੀਂ ਉਹ ਦੁਸ਼ਮਣ ਸਾਡੇ ਅਤੇ ਅਸੀਂ ਉਹਨਾਂ ਦੇ ਪਹਿਲੋਂ, ਹਾਲਾਂਕਿ ਜਿੱਦਾਂ ਲੋਕ ਦੱਸਦੇ ਕਿ ਬੜਾ ਵਧੀਆ ਸੀ ਸਾਂਝ ਸੀ, ਇਹ ਸਾਰੇ ਕਹਾਣੀ ਇਹਦਾ ਦਾ ਮੁੱਢ ਲੈ ਕੇ ਤੁਹਾਡੇ ਤੱਕ ਰੱਖੀਦਾ। ਇਹ ਲੋਕ ਬਜ਼ੁਰਗ ਉਹ ਨੇ ਜਿਹੜੇ ਜੀਂਦੀਆਂ ਜਾਗਦੀਆਂ ਕਿਤਾਬਾਂ ਨੇ, ਉਹ ਤਾਰੀਖ ਦੀਆਂ ਕਿਤਾਬਾਂ ਨੇ, ਹਿਸਟਰੀ ਦੀਆਂ ਕਿਤਾਬਾਂ ਨੇ, ਇਹਨਾਂ ਕੋਲੋਂ ਉਹ ਸਾਨੂੰ ਅਸਲ ਹਕਾਇਕ ਮਿਲਦੇ ਨੇ, ਅਸਲ ਕਹਾਣੀਆਂ ਮਿਲਦੀਆਂ ਨੇ, ਅਸਲ ਤਾਰੀਖ ਮਿਲਦੀ ਹੈ ਜਿਹਨੂੰ ਆਪਾਂ ਰਿਕਾਰਡ ਕਰਕੇ ਸੋਸ਼ਲ ਮੀਡੀਆ ਦੇ ਰਾਹੀਂ ਤੁਹਾਡੇ ਤੱਕ ਰੱਖੀਦਾ ਅਤੇ ਅਸਲ ਹਕਾਇਕ ਜਾਣਨ ਦੀ ਕੋਸ਼ਿਸ਼ ਕਰੀ ਦੀ ਹੈ। ਸੋ ਇਸੇ ਤਰ੍ਹਾਂ ਦੇ ਇੱਕ ਬਜ਼ੁਰਗ ਸਾਡੇ ਨਾਲ ਅੱਜ ਮੌਜੂਦ ਨੇ ਜਿਨ੍ਹਾਂ ਨੇ ਇਹ ਸਾਰੀ ਕਹਾਣੀ, ਇਹ ਸਟੋਰੀ ਆਪਣੇ ਪਿੰਡੇ 'ਤੇ ਹੰਡਾਈ, ਬੀਤੀ ਆਪ ਬੀਤੀ ਆਪਣੇ ਪਿੰਡੇ 'ਤੇ ਹੰਡਾਈ ਆ, ਉਹ ਇਹਨਾਂ ਨਾਲ ਗੱਲ ਕਰਦੇ ਹਾਂ ਅਤੇ ਪੁੱਛਦੇ ਹਾਂ ਇਹਨਾਂ ਦੀ ਕਹਾਣੀ, ਇਹਨਾਂ ਦੀ ਹੱਡ ਬੀਤੀ, ਇਹਨਾਂ ਦੀ ਆਪ ਬੀਤੀ, ਇਹਨਾਂ ਦੀ ਜ਼ਬਾਨ। ਅਸਲਾਮ ਵਾਲੇਕੁਮ। ਵਾਲੇਕੁਮ। ਕੀ ਹਾਲ ਚਾਲ? ਠੀਕ ਠਾਕ? ਅੱਲਾਹ ਦਾ ਸ਼ੁਕਰ ਹੈ ਜੀ। ਸਿਹਤ ਠੀਕ ਹੈ? ਅੱਲਾਹ ਦਾ। ਆਹ ਜਿਹੜੀ ਬੋਲੀ ਤੁਸੀਂ ਬੋਲਦੇ ਜੀ ਮੈਨੂੰ ਥੋੜ੍ਹੀ ਆਉਂਦੀ ਹੈ, ਚਲੋ ਕੋਸ਼ਿਸ਼ ਕਰਾਂਗੇ। ਉਹ ਜਿਹੜਾ ਥਾਰੇ ਮਾਰੇ ਆ ਉਹ ਤੁਹਾਡੇ ਥਾਰੇ ਮਾਰੇ ਸੀ ਵੀਰੇ? ਅੱਛਾ ਅੱਛਾ, ਤਾਂ ਉਹ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਹਾਂ ਜਹਾਂ ਮਿਲਾਉਣ ਦੀ। ਅੱਛਾ, ਨਾਂ ਦੱਸਿਓ, ਨਾਂ ਕੀ ਤੁਹਾਡਾ? ਹਾਜੀ ਸੈਯਦ ਯਾਵਰ ਅਲੀ। ਹਾਜੀ ਸੈਯਦ ਯਾਵਰ ਅਲੀ। ਅਤੇ ਅੱਬਾ ਜੀ ਤੁਹਾਡੇ ਦਾ? ਵਲਦ ਅਨਵਰ ਅਲੀ। ਅੱਬਾ ਜੀ ਅਨਵਰ ਅਲੀ। ਦਾਦਾ ਜੀ ਦਾ ਵੀ ਯਾਦ ਹੈ? ਹੈਂਜੀ, ਦਾਦਾ ਜੀ ਦਾ ਯਾਦ ਹੈ। ਦਾਦਾ ਜੀ ਮੁਨੱਵਰ ਅਲੀ। ਮੁਨੱਵਰ ਅਲੀ। ਅਤੇ ਕਿੰਨੀ ਉਮਰ ਹੁਣ ਹੋ ਗਈ ਤੁਹਾਡੀ? ਉਮਰ ਵੇਖ ਲਓ ਵੀ ਉਹ ਹਿੰਦੁਸਤਾਨ 'ਤੇ ਜਦੋਂ ਆਏ ਨਾ ਜੀ, ਹਾਂਜੀ, ਉਸ ਵਕਤ ਕੋਈ ਮੇਰਾ ਕਰਕੇ 18-19 ਸਾਲ ਉਮਰ ਦੀ। ਜਵਾਨ ਸੀ ਉਦੋਂ? ਜਵਾਨ ਸੀ, ਕੁਸ਼ਤੀਆਂ ਲੜਦਾ ਸੀ ਮੈਂ। ਅੱਛਾ, ਕੁਸ਼ਤੀਆਂ ਲੜਦੇ ਰਹੇ ਜੀ? ਵਾਹ, ਇੱਥੇ ਵੀ ਆ ਕੇ ਇੱਕ ਦੋ ਲੜੀ। ਅੱਛਾ ਅੱਛਾ ਅੱਛਾ, ਅਤੇ ਕਿਹੜਾ ਸੀ ਪਿੱਛੇ ਪਿੰਡ ਆਪਣਾ? ਹੈਂਜੀ, ਪਿੱਛੇ ਪਿੰਡ ਕਿਹੜਾ ਸੀ? ਪਿੰਡ ਸੀ ਧਨੌੜੀ। ਧਨੌੜੀ? ਧਨੌੜੀ, ਹੋਰ ਪਿੰਡਾਂ ਦੇ ਵੀ ਨਾਲ ਨਾਲ ਨਾਂ ਦੇ। ਹਾਂਜੀ, ਲਾਗੇ ਲਾਗੇ ਧਨੌੜੀ ਦੇ। ਧਨੌੜੀ ਕਿਹੜੇ ਤਹਿਸੀਲ 'ਚ ਕਿਹੜੀ ਪੈਂਦੀ ਸੀ? ਧਨੌੜੀ ਤਹਿਸੀਲ ਕਿਹੜੀ ਧਨੌੜੀ ਦੀ? ਤਹਿਸੀਲ, ਹਾਂਜੀ, ਤਹਿਸੀਲ ਤੀ ਸ਼ਾਹਪੁਰ, ਸ਼ਾਹਪੁਰ ਮਚੌਂਡਾ। ਸ਼ਾਹਪੁਰ? ਹਾਂ। ਅਤੇ ਜ਼ਿਲ੍ਹਾ? ਜ਼ਿਲ੍ਹਾ ਅੰਬਾਲਾ। ਜ਼ਿਲ੍ਹਾ ਅੰਬਾਲਾ। ਅਤੇ ਧਨੌੜੀ ਦੇ ਲਾਗੇ ਲਾਗੇ ਪਿੰਡਾਂ ਦੇ ਨਾਵਾਂ ਦਾ ਪਤਾ? ਹਾਂਜੀ, ਕਿਹੜੇ ਕਿਹੜੇ ਆ? ਮਹਿੰਦੀ ਕਦਰਾਣਾ, ਹਾਂਜੀ, ਅਤੇ ਔਜਲਾ, ਫਜੈਲਪੁਰ, ਮੌੜੀ, ਹਾਂਜੀ, ਇਹ ਪਿੰਡ ਦੇ ਨੇੜੇ। ਅੱਛਾ, ਇਹ ਜਿਹੜੇ ਤੁਸੀਂ ਨਾਂ ਦੱਸੇ ਆ, ਇਹ ਪਿੰਡ ਮੁਸਲਮਾਨਾਂ ਦੇ ਸਾਰੇ ਜਾਂ ਰਲੀਆਂ ਮਿਲੀਆਂ? ਰਲੇ ਮਿਲੇ ਮੁਸਲਮਾਨ ਵੀ ਵਿੱਚ ਹਿੰਦੁਸਤਾਨ। ਅਤੇ ਤੁਹਾਡਾ ਪਿੰਡ ਜਿਹੜਾ ਤੁਹਾਨੂੰ? ਦਰਾਣੇ ਮਾਂ, ਬਹੁਤੇ ਮੁਸਲਮਾਨ, ਬਹੁਤ ਜ਼ਿਆਦਾ ਮਹਿੰਦੀ ਕਾ ਦਰਾਣਾ ਕਹਿ ਕਰਾਂ ਤੇ। ਹਾਂ ਹਾਂ, ਉਸ ਮਾਂ ਜ਼ਿਆਦਾ ਤੇ ਮੁਸਲਮਾਨ, ਉਸ ਮਾਂ ਜ਼ਿਆਦਾ ਸੀ। ਹਾਂਜੀ, ਠੀਕ। ਉਹ ਕਾਫੀ ਬੜਾ ਹੋਗਾ ਗਾਓ? ਹਾਂਜੀ, ਬਹੁਤ ਤਕੜਾ ਪਿੰਡ ਤਾਂ। ਤੇ ਮਹਿੰਦੀ ਕਾ ਦਰਾਣਾ, ਮਹਿੰਦੀ ਬਹੁਤ ਹੋਗਾ ਕਰੇ ਤੇ ਵਾਂ। ਅੱਛਾ ਅੱਛਾ, ਮਹਿੰਦੀ ਕਾ ਦਰਾਣਾ ਮਸ਼ਹੂਰ ਤਾਂ। ਮਹਿੰਦੀ ਹੁੰਦੀ ਸੀ ਉਧਰ? ਹਾਂ, ਮਹਿੰਦੀ ਬਹੁਤ ਹੋਗਾ ਜੀ, ਬਹੁਤ ਖੇਤ ਕੇ ਖੇਤ ਮਹਿੰਦੀ ਕੇ। ਅੱਛਾ ਅੱਛਾ। ਹਾਂਜੀ, ਅਤੇ ਤੁਹਾਡਾ ਪਿੰਡ ਜਿਹੜਾ? ਧਨੌੜੀ। ਧਨੌੜੀ, ਇਹਦੇ 'ਚ ਤੁਹਾਡੇ ਘਰ ਕਿੰਨੇ ਸੀ ਛਾਵਾਂ ਦੇ? ਛਾਵਾਂ ਦੇ ਘਰ ਤਾਂ ਕੋਈ 40-50। 40-50। ਹਾਂ, ਅਤੇ ਹੋਰ ਕਿਹੜੀ ਬਰਾਦਰੀ 'ਚ ਬੈਠੀ? ਹੋਰ ਦੋ ਘਰ ਸਿੱਖਾਂ ਦੇ ਸੀ। ਹਾਂਜੀ, ਅਤੇ ਬਾਕੀ ਜੱਟ ਸੀ। ਸਿੱਖਾਂ ਦੇ ਕਿਹੜੇ ਘਰ ਸੀ? ਸਿੱਖਾਂ ਤਾਂ ਇੱਕ ਤਾਂ ਹਰਨਾਮ ਸਿੰਘ ਸੀ, ਅਤੇ ਇੱਕ ਮਹਿੰਦਰ ਸਿੰਘ, ਅਤੇ ਦੂਸਰੇ ਤਾਂ ਭਾਈ ਕਾ ਮੈਨੂੰ ਨਾਂ ਨਹੀਂ। ਦੋ ਘਰ ਸੀ, ਬਾਕੀ ਜਾਟ ਸੀ ਬੈਠੇ? ਬਾਕੀ ਜੱਟ ਸੀ ਸਰ। ਜੱਟ ਕੇ ਜਾਟ? ਜੱਟ। ਉਹ ਕਿਹੜੇ ਜੱਟ? ਹਿੰਦੂ। ਹਿੰਦੂ ਜਾਟ? ਹਾਂ। ਅੱਛਾ ਅੱਛਾ ਅੱਛਾ, ਅਤੇ ਜ਼ਿਆਦਾ ਆਬਾਦੀ ਫਿਰ ਉਹਨਾਂ ਦੀ ਸੀ? ਹੈਂਜੀ, ਜ਼ਿਆਦਾ ਆਬਾਦੀ ਉਹਨਾਂ ਦੀ ਸੀ। ਉਹਨਾਂ ਦੀ ਸੀ। ਕਿੰਨੇ ਘਰ ਸੀ ਉਹਨਾਂ ਦੇ? ਬਹੁਤ ਪਿੰਡ ਸੀ, ਬੜਾ ਤਕੜਾ। ਚਲੋ ਇੱਥੋਂ ਪਤਾ ਲੱਗ ਜਾਂਦਾ ਸਾਡੇ ਕੋਈ ਮੇਰਾ ਖਿਆਲ ਕਰ 50-60 ਘਰ ਤੇ। ਅੱਛਾ, ਘਰ ਤੋਂ ਵੈਸੇ ਬਹੁਤੇ ਤੇ ਮਾਰੇ। ਹਾਂਜੀ, ਬਾਕੀ ਕੋਈ ਕਹੀਂ ਚਲਾ ਗਿਆ, ਕੋਈ ਆਪਣੇ ਰਿਸ਼ਤੇਦਾਰਾਂ ਜਿਨ੍ਹਾਂ ਦੀ ਜ਼ਮੀਨਾਂ ਨਹੀਂ ਤੀ, ਉਹ ਤਾਂ ਆਪਣੇ ਕਹੀਂ ਕਹੀਂ ਚਲੇ ਗਏ ਜੀ। ਅੱਛਾ, ਜਿਨ੍ਹਾਂ ਦੀ ਜ਼ਮੀਨਾਂ ਤੀ ਉੱਥੇ ਉਹਨਾਂ ਨੂੰ ਤਾਂ ਉੱਥੇ ਮਜਬੂਰ 'ਚ ਰਹਿਣਾ ਪੈਂਦਾ। ਹਾਂਜੀ, ਅਤੇ ਆਪਣੇ ਜਿਹੜੇ ਪਿੰਡ ਦਾ ਨੰਬਰਦਾਰ ਉਦੋਂ ਕੌਣ ਸੀ ਤੁਹਾਡੇ ਦਾ? ਹੈਂਜੀ, ਨੰਬਰਦਾਰ ਕੌਣ ਸੀ ਪਿੰਡ? ਨੰਬਰਦਾਰ ਸਹੀਦਾਵਾਂ ਤੋਂ ਥਾ ਫਕੀਰੀਆ ਲੰਬਰਦਾਰ। ਫਕੀਰੀਆ? ਹਾਂਜੀ, ਠੀਕ ਹੈ। ਅਤੇ ਹਿੰਦੂਆਵਾਂ ਤਾਂ ਸਾਵਣ ਅਤੇ ਸਦਾ ਰਾਮ, ਸਾਵਣ ਸਦਾ ਰਾਮ ਦੋਨੇ ਭਾਈ ਤੇ। ਸਾਵਣ ਅਤੇ ਸਦਾ ਰਾਮ? ਹਾਂਜੀ। ਅੱਛਾ ਅੱਛਾ, ਅਤੇ ਇਹ ਇਹਦਾ ਮਤਲਬ ਵੀ ਉਹ ਇੱਕ ਨੰਬਰਦਾਰ ਉਹ ਅਤੇ ਇੱਕ ਸਹੀਦਾ ਦਾ ਪਿੰਡ, ਫਿਰ ਇਹਦਾ ਮਤਲਬ ਵੀ ਦੋ ਪਤੀਆਂ ਸੀ, ਦੋ ਨੰਬਰਦਾਰੀਆਂ ਹੈਗੀਆਂ, ਵੱਡਾ ਸੀ ਪਿੰਡ ਵਾਵਾ। ਹਾਂਜੀ, ਅਤੇ ਹਿੰਦੂਆਂ ਦੇ ਕਿੰਨੇ ਘਰ ਹੋਣੇ? ਹੈਂਜੀ, ਹਿੰਦੂਆਂ ਦੇ ਕਿੰਨੇ ਹੋਣੇ? ਹਿੰਦੂਆਂ ਦਾ ਪਿੰਡ ਸੀ ਜੀ। ਅੱਛਾ, ਜ਼ਿਆਦਾ ਉਹਨਾਂ ਦੀ ਆਬਾਦੀ? ਜ਼ਿਆਦਾ ਆਬਾਦੀ ਉਹਨਾਂ। ਅਤੇ ਪੈਲੀ ਪੂਲੀ ਕਿਹਨਾਂ ਦੀ ਬਹੁਤੀ ਸੀ? ਹੈਂਜੀ, ਪੈਲੀ ਜ਼ਮੀਨ ਉਹਨਾਂ ਦੀ ਜੱਟਾਂ ਦੀ ਸੀ? ਜ਼ਮੀਨਾਂ ਦੀ ਜੱਟਾਂ ਦੀ ਵੀ ਸੀ, ਮੁਸਲਮਾਨਾਂ ਦੀ, ਸ਼ਹੀਦਾਂ ਦੀ ਵੀ ਸੀ। ਸ਼ਹੀਦਾਂ ਦੀ ਵੀ ਸੀ, ਠੀਕ ਹੈ।
ਅੱਛਾ ਆਪ ਆਪਸ ਦੇ ਵਿੱਚ ਫਕੀਰੀਆ ਨੰਬਰਦਾਰ ਹਾਂਜੀ ਅਤੇ ਉਹ ਸਦਾ ਰਾਮ ਹੁਣੀ ਇਹ ਆਪਸ 'ਚ ਹੈ ਸੀ ਇਹਨਾਂ ਦਾ ਮਿਲਣ ਵਰਤਣ ਨਾ ਨਾ ਮੇਲ ਮੋਲ ਵੈਸੇ ਮਿਲਾਂ ਮੁਲਾਂ ਤਾਂ ਥੇ ਆ ਬਾਕੀ ਬਹੁਤਾ ਨਹੀਂ ਸਲਾਮ ਦੋ ਆਇਆ ਸੀ ਸਲਾਮ ਦੋ ਆਇਆ ਸੀ ਹਾਂਜੀ ਪਿੰਡ ਦੀ ਹੱਦ ਤੱਕ ਹਾਂਜੀ ਅੱਛਾ 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 ਅਤੇ ਪਿੰਡ ਦੇ ਵਿੱਚ ਤੁਹਾਡੇ ਉਦੋਂ ਮਸਜਿਦ ਵੀ ਆਇਆ ਸੀ ਹੈਂਜੀ ਮਸਜਿਦ ਕੀ ਮਸਜਿਦ ਮਸਜਿਦ ਹਾਂ ਮਸਜਿਦ ਮਸਜਿਦ ਇਮਾਮ ਬਾਰਗਾ ਸਜਦਾ ਗਾ ਬਹੁਤ ਤਕੜਾ ਤਾਂ ਸਾਡੇ ਸੀ ਸਜਦਾ ਕੇ ਦੋ ਦੋ ਫਿਰਕੇ ਅੱਛਾ ਜੀ ਇੱਕ ਤਾਂ ਦੋ ਭਾਈ ਗੁਲਾਮ ਬਾਸ ਗੁਲਾਮਲੀ ਹਾਂਜੀ ਉਹ ਵੱਖਰੇ ਸੀ ਹਾਂਜੀ ਉਹ ਆਪਣਾ ਮਾਤਮ ਦਾ ਤਾਜੀਆਦਾਰੀ ਮਾਤਮ ਮਜਲਸਾਂ ਆਪਣੇ ਵੱਖਰੀਆਂ ਕਰਦੇ ਸੀ ਵੱਖਰਾ ਕਰਦੇ ਉਹਨਾਂ ਨਾਲ ਦਰਜੀਆਂ ਕੇ ਘਰ ਸੀ ਪੰਜ ਸੱਤ ਉਹ ਉਹਨਾਂ ਨਾਲ ਸੀ ਅੱਛਾ ਜੀ ਆਪਣੇ ਘਰ ਤਾਜੀਆ ਕੱਢਣਾ ਉਹਨਾਂ ਨੇ ਅਤੇ ਚੁੱਕ ਕੇ ਲੈ ਜਾਣਾ ਇਮਾਮ ਬਾਰਗਾ ਵਾ ਵਹਾਂ ਫੇਰ ਕੇ ਲਿਆ ਕੇ ਫਿਰ ਆਪਣੇ ਘਰ ਆਉਣਾ ਠੀਕ ਹੈ ਉਹਨਾਂ ਦਾ ਇਹ ਕੰਮ ਸੀ ਅੱਛਾ ਇਹਦੇ ਜਦੋਂ ਤਾਜ਼ੀਆ ਕੱਢਦੇ ਸੀ ਮੁਹਰਮ ਆਉਂਦੇ ਸੀ ਹਾਂਜੀ ਉਦੋਂ ਕੋਈ ਰਜਿਸਟੈਂਸ ਉਦੋਂ ਦੂਜੀ ਹਿੰਦੂ ਬਰਾਦਰੀ ਵੱਲੋਂ ਜਾਂ ਕੋਈ ਐਸਾ ਤਾਂ ਨਹੀਂ ਸੀ ਵਾਕਿਆ ਹੈਗਾ ਵੀ ਤੁਹਾਨੂੰ ਮਜ਼ਹਬੀ ਆਜ਼ਾਦੀ ਨਾ ਹੋਵੇ ਨਾ ਨਾ ਇੱਕ ਤਾਂ ਮੁਸਲਮਾਨ ਅਤੇ ਹਿੰਦੂ ਕੋਈ ਫਿਰ ਫਿਰਕਾਬਾਜ਼ੀ ਕੋਈ ਨਹੀਂ ਬਿਲਕੁਲ ਨਾ ਵੀ ਉਹ ਜਦੋਂ ਤੁਹਾਡੇ ਹੁੰਦੇ ਸੀ ਤਾਜ਼ੀਆਂ ਦੇ ਦਿਨ ਹੁੰਦੇ ਸੀ ਜਾਂ ਈਦ ਆ ਗਈ ਪਿਆਰ ਮੁਹੱਬਤ ਅਤੇ ਉਹ ਸਿੱਖ ਪਾਣੀ ਪਿਲਾਉਂਦੇ ਸੀ ਪਾਣੀ ਸਬੀਲਾਂ ਲਾਉਂਦੇ ਸੀ ਪਾਣੀ ਅੱਛਾ ਹਾਂਜੀ ਹਿੰਦੂ ਸਿੱਖ ਸਬੀਲਾਂ ਲਾਉਂਦੇ ਸੀ ਹਾਂਜੀ ਜਦੋਂ ਮਾਤਮ ਹੁੰਦਾ ਸੀ ਹਾਂਜੀ ਤਾਜ਼ੀਆ ਕੱਢਦੇ ਹਾਂਜੀ ਅੱਛਾ ਸਬੀਲਾਂ ਲਾਉਂਦੇ ਸੀ ਹਿੰਦੂ ਪਾਣੀ ਪਿਲਾਉਂਦੇ ਸੀ ਪਿਆਰ ਸੀ ਪਿਆਰ ਸੀ ਹਾਂਜੀ ਕੋਈ ਐਸਾ ਬਸ ਇਹ ਜਿਹੜਾ ਹਰਨਾਮ ਸਿੰਘ ਸੀ ਨਾ ਇਹ ਜ਼ਰਾ ਖਚਰਾ ਬੰਦਾ ਸੀ ਇਹ ਠੀਕ ਨਹੀਂ ਤਾਂ ਇਹਨੂੰ ਦੋ ਤਿੰਨ ਫੇਰੀ ਮਾਰਾ ਵੀ ਇਹ ਹੁਣ ਜਦੋਂ ਅਜਾੜੇ ਪਏ ਫਿਰ ਇਸ ਪਰ ਤਾਂ ਵਿਛੇ ਨਹੀਂ ਵੀ ਤੁਸੀਂ ਕਿੱਥੇ ਜਾਣਾ ਅੰਬਾਲੇ ਜਾਣਾ ਜਾਂ ਸਵਾਦ ਜਾਣਾ ਇਹ ਕਹਿਣ ਲੱਗੇ ਬਈ ਅਸੀਂ ਤਾਂ ਅੰਬਾਲੇ ਜਾਣਾ ਅਤੇ ਉਹਨਾਂ ਨੂੰ ਬੰਦੇ ਲਿਆ ਬਾਹਰ 'ਤੇ ਬੁਲਾ ਕੇ ਉਹ ਬਾਹਰ 'ਤੇ ਬੁਲਾ ਕੇ ਲਿਆ ਅਤੇ ਉਹਨਾਂ ਨੂੰ ਕਿਹਾ ਇੱਕ ਹਿੰਦੂਆਂ ਦਾ ਬ੍ਰਾਹਮਣਾਂ ਦਾ ਮੁੰਡਾ ਸੀ ਉਹ ਸਾਡੇ ਸ਼ਹੀਦਾਂ ਕੇ ਘਰ ਛੋਟਾ ਸਾ ਰਾਇਆ ਕਰਿਆ ਤਾਂ ਹਰ ਸਿੱਖ ਆਵੇ ਤਾਂ ਉਹਨੂੰ ਕੋਈ ਪਰਹੇਜ ਨਹੀਂ ਤਾ ਉਹ ਸਗੋਂ ਤਰ ਸਕਣ ਜਵਾਨ ਹੋ ਗਿਆ ਜਵਾਨ ਹੋ ਗਿਆ ਉਹ ਇਸੇ ਤਰ੍ਹਾਂ ਵਿੱਚ ਹੀ ਰਹਿਆ ਤਾ ਉਹ ਲਿਆਏ ਬੰਦੇ ਉਹ ਸਿੱਖ ਰਾਮ ਸਿੰਘ ਬਾਹਰ 'ਤੇ ਬੰਦੇ ਲਿਆਏ ਵੀ ਇਹ ਤੁਹਾਨੂੰ ਨਾ ਅੰਬਾਲੇ ਛੱਡ ਕੇ ਆਉਣਗੇ ਅਤੇ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਇੰਝ ਕਰੀਓ ਇਹਨਾਂ ਨੂੰ ਲੈ ਜ ਕੇ ਨਾ ਦਰਿਆ ਲੱਗਿਆ ਕਰਿਆ ਤਾ ਮਾ ਸਾਡੇ ਰਸਤੇ ਮਾ ਉੱਥੇ ਲੈ ਜ ਕੇ ਨਾ ਇਹਨਾਂ ਨੂੰ ਅਤੇ ਬੰਦਾ ਨੂੰ ਮਾਰ ਦਿਓ ਸਮਾਨ ਲੁੱਟ ਲਿਓ ਅਤੇ ਜਨਾਨੀਆਂ ਨੇ ਚੁੱਕ ਲਿਓ ਅਤੇ ਉਹ ਮੁੰਡੇ ਨੇ ਆ ਕੇ ਦੱਸਿਆ ਗੱਡਾਂ ਮੈਂ ਸਮਾਨ ਲੱਦ ਲਿਆ ਸਾਰਾ ਕੁਝ ਹੋ ਗਿਆ ਉਹਨੇ ਆ ਕੇ ਦੱਸਿਆ ਵੀ ਇਹ ਗੱਲ ਹੈ ਸਮਾਨ ਸਮੂਨ ਅੰਦਰ ਰੱਖ ਦਿਆ ਜੀ ਬਾਰਿਸ ਬਾਰਿਸ ਉਸ ਜ਼ਮਾਨੇ ਮੈਂ ਬਾਰਿਸ ਨਹੀਂ ਸੀ ਰੁਕੇ ਰਾਤ ਦਿਨ ਬਾਰਿਸ ਪੈਂਦੀ ਰਹਿੰਦੀ ਕਹਿਆ ਜੀ ਬਾਰਿਸ ਪੈਂਦੀ ਹੈ ਅਤੇ ਜ਼ਰਾ ਬਾਰਿਸ ਖੜੋ ਜਾ ਫਿਰ ਜਾਓਗੇ ਬੈਠ ਕੇ ਕਰੀ ਸਲਾਹ ਕੀ ਕਰੀਏ ਮਾਰੇ ਗਏ ਸਲਾਹ ਫਿਰ ਇਹ ਪੁੱਗੀ ਵੀ ਤੁਸੀਂ ਇੰਝ ਕਰੋ ਆਪਣੇ ਬੱਚੇ ਪੈਸਾ ਜਿਸ ਪਾ ਪੈਸਾ ਆਪਣਾ ਪੈਸਾ ਲੈ ਲਓ ਬੱਚੇ ਲੈ ਲਓ ਕੱਪੜੇ ਲੈ ਲਓ ਅਤੇ ਰਾਤ ਨੂੰ ਨਿਕਲੀਏ ਰਾਤ ਨੂੰ ਨਿਕਲੇ ਜੀ ਅਸੀਂ ਫਿਰ ਇਤਨੇ ਇਤਨੇ ਪਾਣੀ ਮੈਨੂੰ ਕਹੀਂ ਇਤਨਾ ਰਾਤ ਨੂੰ ਨਿਕਲੇ ਸਾਡੇ ਮੱਧੀ ਪਰ ਕੋਈ ਪਿੰਡ ਕਾ ਮੇਰੇ ਨਾਂ ਨਹੀਂ ਉੱਥੇ ਅਸੀਂ ਜਾ ਕੇ ਰਾਤ ਛੱਡ ਗਏ ਉੱਥੇ ਰਾਜਪੂਤਾਂ ਦਾ ਪਿੰਡ ਵਿਚਵਾਂ ਹਿੰਦੂ ਵੀ ਬਣੇ ਹੋਏ ਅਤੇ ਉੱਤੋਂ ਉਹਨਾਂ ਨੇ ਝੋਟੇ ਰੱਖੇ ਵੇ ਉਂਝ ਮੁਸਲਮਾਨ ਵਿੱਚ ਉਹ ਇਸ ਵਾਸਤੇ ਗਾਇਆਂ ਮੁਸਲਮਾਨਾਂ ਨੂੰ ਨਹੀਂ ਦੇ ਤੇ ਹਿੰਦੂ ਅਤੇ ਉਹ ਲੈ ਲੈਂਦੇ ਉਹਨਾਂ ਕੋਲ ਗਾਇਆਂ ਲੈ ਕੇ ਕਸਾਈਆਂ ਨੂੰ ਵੇਚਿਆ ਅਤੇ ਹਿੰਦੂ ਮੁਸਲਮਾਨਾਂ ਨੂੰ ਨਹੀਂ ਦੇਦੇ ਵੇ ਖਾ ਲੈਂਦੇ ਉਹ ਲੈ ਲੈਂਦੇ ਉਹ ਵਿੱਚੋਂ ਮੁਸਲਮਾਨ ਉੱਤੋਂ ਹਿੰਦੂ ਇਤਨੇ ਇਤਨੇ ਬੜੇ ਹੈਂਜੀ ਹਾਂ ਇਤਨੇ ਬੜੇ ਬੜੇ ਝੋਟੇ ਰੱਖੇ ਵੇ ਵਹਾਂ ਸੇ ਜਾ ਕੇ ਰਹਿਣ ਲੱਗੇ ਵਹਾਂ ਰਹਿਣ ਲੱਗੇ ਫਿਰ ਜਨਾਬ ਜਥਾ ਇੱਕ ਪਿੰਡ ਮੈਂ ਜਥਾ ਇਕੱਠਾ ਹੋਇਆ ਬਈ ਇਨ ਪਰ ਹਮਲਾ ਕਰੇਗੇ ਉਹਨਾਂ ਨੇ ਸਰਕਾਰ ਕਰਾ ਹਮਲਾ ਕਰਾ ਇਹ ਇਤਨਾ ਇਤਨਾ ਪਾਣੀ ਮੈਨੂੰ ਭੱਜੇ ਉਹ ਜਾ ਕੇ ਖੜੇ ਹੋ ਗਏ ਵਾਲਦਾ ਮੈਂ ਅਤੇ ਮੇਰੇ ਦੋ ਭਾਈ ਦੋ ਭੈਣਾਂ ਅਸੀਂ ਜਨਾਬ ਇੱਕ ਗੁਟਮਾ ਇੰਝ ਕਰਕੇ ਖੜ੍ਹੇ ਹੁਣ ਬਾਈ ਕੀ ਕਰੀਏ ਉਹ ਇੱਕ ਹਿੰਦੂ ਤਾ ਉਹ ਆਪਣੇ ਮਿਲਣ ਵਾਲਾ ਪਿਆਰਾ ਤਾ ਕਿਆ ਨਾਮ ਤਾ ਉਸਕਾ ਨਾਂ ਕਾ ਨਹੀਂ ਪਤਾ ਉਹ ਜਨਾਬ ਉਹ ਕਹਿਣ ਲੱਗਾ ਯਾਰ ਇੰਝ ਕਰੋ ਤੁਸੀਂ ਮੇਰੇ ਕੋਲ ਆਜੋ ਮੈਂ ਤੁਹਾਨੂੰ ਮੁਸਲਮਾਨਾਂ ਦੇ ਪਿੰਡ ਭੇਜਿਆ ਉਸ ਪਰ ਚਲੇ ਗਏ ਮਾਰਕੰਡਾ ਦਰਿਆ ਤਾ ਅੱਧੇ ਉਰੇ ਮੁਸਲਮਾਨ ਅਤੇ ਉਰੇ ਹਿੰਦੂ ਦਰਮਿਆਨ ਮਾਂ ਅੱਧੇ ਪਾਸੇ ਹਿੰਦੂ ਅੱਧੇ ਪਾਸੇ ਮੈਂ ਤੁਹਾਨੂੰ ਉਹਨਾਂ ਬਣਾਇਆ ਚੀਰ
ਝੀਵਰ ਨਹੀਂ ਹੁੰਦੇ ਉਹਨੂੰ ਲੈ ਬਈ ਇਹਨਾਂ ਨੂੰ ਨਾ ਮਾਰਕੰਡੇ ਕਾ ਪੁਲ ਟਪਾਇਆ, ਜੇ ਤੂੰ ਰਸਤੇ ਮੈਂ ਇਨਕੀ ਗੈਰ ਕੋਈ ਹਰਕਤ ਕਰੀ ਮੈਂ ਤੈਨੂੰ ਫੜਕਾ ਦੂੰ। ਉਹਨਾਂ ਕਾ ਨਹੀਂ, ਉਹ ਜਨਾਬ ਲੈ ਗਿਆ ਮੈਨੂੰ ਮਾਰਕੰਡੇ ਕਾ ਪੁਲ ਟਪਾ ਦਿਆ। ਅੱਗੇ ਸ਼ਹਿਰਮਾਂ ਤੋਂ ਘਰਾਂ ਕਾ ਪਤਾ ਤਾਂ ਨਾ ਮੈਨੂੰ, ਮਾਰਕੰਡੇ ਕਾ ਪੁਲ ਟਪਾ ਦਿਆ। ਅਸੀਂ ਜਨਾਬ ਘਰ ਚਲੇ ਗਏ, ਇਤਨੇ ਇਤਨੇ ਵਿੱਚ ਛੋਟੇ ਬੰਦੇ ਬਾਲ ਰੱਖੇ ਹੋਏ ਤੇ ਹਿੰਦੁਸਤਾਨ ਮਾਂ, ਮੈਨੂੰ ਕਹਿਣ ਲੱਗਾ ਜਾਮਤ ਕਲਾ ਜੀ ਮੈਂ ਪਾਕਿਸਤਾਨ ਮਾਂ ਕਰਾਉਂਗੇ। ਉਹਨਾਂ ਨੇ ਜਨਾਬ ਇੰਝ ਕਰਕੇ ਨਾ ਇੰਝ ਵਿੱਚੋਂ ਪੀਲੀ ਟਾਕੀ ਲਾ ਕੇ ਸਿੱਖ ਬਣਾ ਦਿਆ। ਅੱਛਾ, ਇੱਥੇ ਕਿਰਪਾਨ ਪਾ ਦੀ, ਇੱਕ ਹੱਥ ਮਾਂ ਬਰਛਾ, ਇੱਕ ਹੱਥ ਮਾਂ ਤਲਵਾਰ। ਮੈਨੂੰ ਕਹਿ ਦੁਸ਼ਮਣ ਪਿਆਰੇ ਵੀ ਹੁੰਦੇ ਆ, ਮੈਨੂੰ ਕਹਿਣ ਲੱਗਿਆ ਤੂੰ ਇਸ ਸਿੱਖ ਦੇ ਨਾਲ ਫਿਰਦਾ ਹੈ ਪੱਠੇ, ਹਾਂ ਗੈਂ ਰੱਖੀ ਵੀ ਤੀ ਉਹਨੇ ਪੱਠੇ ਲੈਣ, ਅਤੇ ਇਹਨੂੰ ਮਾਰ ਕੇ ਨੱਸ ਜਾ। ਮੈਂ ਕਿਹਾ ਮੈਂ ਆਪਣੇ ਦਿਲ ਮਾਂ ਸੋਚਿਆ ਵੀ ਇਹਨੂੰ ਮਾਰ ਕੇ ਤੋਂ ਮੈਂ ਨੱਸ ਜੂੰ ਅਤੇ ਮੇਰੀ ਮਾਂ ਅਤੇ ਭੈਣਾਂ ਮੈਂ ਕਹਾਂ ਜਾਣ, ਇਸ ਨੂੰ ਤਾਂ ਮਾਰ ਦਿਆ ਮੰਨਾ ਨੱਸ ਗਿਆ ਅਤੇ ਮਾਂ ਭੈਣਾਂ ਤੋਂ ਬਾਹਾਂ ਉਹਨਾਂ ਨੂੰ ਮੈਂ ਕਿਸ ਤਰ੍ਹਾਂ ਚੋੜ ਕੇ ਨੱਸਾਂ ਪੈਰ ਨਾ। ਉਹ ਸਰਕਾਰ ਮਾਰਕੰਡੇ ਕਾ ਪੁਲ ਟਪਾਏ ਚਲੇ ਗਏ ਹਮ ਆਪਣੇ ਘਰ, ਵਹਾਂ ਜਾ ਕੇ ਜਾਮਦਾ ਜੁੰਮਦਾ ਕਰਾਈ ਸਾਰਾ ਕੁਝ। ਅੱਛਾ, ਇਹ ਦੱਸੋ ਆਪਣੇ ਤੁਹਾਡੇ ਜਿਹੜੇ ਪਿੰਡ ਦੇ ਤੁਹਾਡੀ ਬਰਾਦਰੀ ਉਹ ਇੱਧਰ ਕਿੱਥੇ ਕਿੱਥੇ ਆ ਕੇ ਬੈਠੇ? ਹੈਂਜੀ, ਇੱਧਰ ਕਿੱਥੇ ਕਿੱਥੇ ਬੈਠੇ ਆ ਗਏ? ਕਿੱਥੇ ਕਿੱਥੇ? ਇਹ ਭਾਈ ਫੇਰੂ ਬੈਠੇ, ਹਾਂਜੀ, ਲੰਬਰਦਾਰ ਫਕੀਰੀਏ ਕਾ ਟੱਬਰ ਅਤੇ ਹੋਰ ਦੋ ਤਿੰਨ ਘਰ ਵਹਾਂ ਬੈਠੇ। ਬਸ ਇਸ ਤਰ੍ਹਾਂ ਥੋੜ੍ਹੇ ਜਿਹੇ ਪਿੰਡ 'ਤੇ ਕੋਈ ਕਹੀਂ ਜੀ ਆਪਣੇ ਰਿਸ਼ਤੇਦਾਰ ਮਾਂ ਕੋਈ ਕਹੀਂ ਕੋਈ ਕੋਈ ਇਸ ਤਰ੍ਹਾਂ ਫਿਰ ਰਹੇ ਹੋ? ਇਕੱਠੇ ਕੋਈ ਨਹੀਂ, ਇਕੱਠੇ ਕੋਈ ਨਹੀਂ ਨਾ। ਅੱਛਾ, ਜਿਵੇਂ ਹਮਲਾ ਹੋਇਆ ਤੁਹਾਡੇ ਪਿੰਡ ਦੇ ਜਿੱਥੇ ਉਹ ਤੁਹਾਡਾ ਕਾਫਲਾ ਸੀ, ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ? ਤੁਹਾਡੇ ਤੁਹਾਡੀ ਫੈਮਿਲੀ ਕਿਸੇ ਦਾ ਨੁਕਸਾਨ ਤਾਂ ਨਹੀਂ ਹੋਇਆ? ਤੁਹਾਡੇ ਜੀ ਦਾ ਨੁਕਸਾਨ ਤਾਂ ਨਹੀਂ ਹੋਇਆ? ਨਾ ਨਾ, ਨੁਕਸਾਨ ਕੀ ਹੋਇਆ? ਨਿਕਲ ਚੋਰੀ ਚੋਰੀਆਂ ਤੋਂ ਨਿਕਲਦੇ ਰਹੇ, ਨੁਕਸਾਨ ਤਾਂ ਆਉਣਾ ਹੁੰਦਾ ਤਾਂ ਜੇ ਉਹ ਕੱਢਦੇ ਸਾਨੂੰ। ਅਸੀਂ ਤਾਂ ਫਿਰ ਆਪਣਾ ਆਪ ਜਿਸ ਪਾ ਪੈਸਾ ਤਾਂ ਪੈਸੇ, ਜਿਸ ਪਾ ਕੱਪੜੇ ਤਾਂ ਰਾਤ ਨੂੰ ਨਿਕਲੇ। ਅੱਛਾ, ਤੁਹਾਡੇ ਪਿੰਡ ਵਾਲੇ ਜਿਹੜੇ ਉਹ ਰਾਮਦਾਸ ਹੋਣੀ ਹਿੰਦੂ ਨੰਬਰਦਾਰ ਜਾਂ ਦੂਜੇ, ਉਹ ਉਹਨਾਂ ਦਾ ਨਹੀਂ ਕੋਈ ਕੀਤਾ ਤੁਹਾਡੇ ਨਾਲ? ਨਾ, ਠੀਕ ਠਾਕ ਤੁਹਾਨੂੰ? ਨਾ ਨਾ, ਉਹਨਾਂ ਨੇ ਨਹੀਂ ਕੀਤਾ। ਬਾਕੀ ਉਹਨਾਂ ਨੇ ਬੰਦੇ ਦਿੱਤੇ ਸੀ ਉਹ ਸਿੱਖ ਨੇ ਲਿਆ ਕੇ ਵੀ ਇਹ ਬੰਦੇ ਤੁਹਾਨੂੰ ਨਾ ਸਵਾਦ ਪਹੁੰਚਾ ਦੇਣਗੇ, ਪਹੁੰਚਾ ਦੇਣਗੇ ਭਾਰ ਪਹੁੰਚਾ ਦੇ। ਹਾਂ, ਆਰਾਮ 'ਤੇ ਉਹ ਫਿਰ ਜਾਣਦਾ ਮੁੰਡਾ ਉਹ ਘਰ ਆਵਾ ਕਰਦਾ ਨਾ, ਉਹਨਾਂ ਦੇ ਛੋਟਾ ਤਾਂ ਰਹਿ ਕੇ ਜਵਾਨ ਹੋ ਗਿਆ ਤਾਂ ਉਹ ਆ ਕੇ ਕਹਿਣ ਲੱਗਾ ਇਹਨਾਂ ਕੀ ਸਲਾਹ ਆ ਹੈ, ਉਂਝ ਕਹਿ ਰਹੇ ਜੀ ਇਹਨਾਂ ਨੂੰ ਪਹੁੰਚਾ ਦਿਉ, ਇਹਨਾਂ ਕੀ ਵਿੱਚੋਂ ਸਲਾਹ ਆ ਹੈ ਵੀ ਇਹਨਾਂ ਨੂੰ ਲੈ ਕੇ ਨਾ ਦਰਿਆ ਕੇ ਪਾਸ ਬੰਦੇ ਨੂੰ ਮਾਰ, ਬੰਦਾ ਨੂੰ ਮਾਰ ਦਿਓ, ਸਮਾਨ ਲੁੱਟ ਲਈਏ ਅਤੇ ਜਨਾਨੀਆਂ ਨਹੀਂ ਚੁੱਕੋ, ਇਹਨਾਂ ਕੀ ਇਹ ਸਲਾਹ। ਅੱਛਾ ਅੱਛਾ, ਵਿੱਚੋਂ ਉਂਝ ਕਹਿ ਰਹੇ ਤੁਹਾਨੂੰ ਇੰਝ ਕਰ ਦੇਂਗੇ ਇੰਝ ਕਰਨਗੇ ਅਤੇ ਤੁਸੀਂ ਆਪਣਾ ਬਿਲਾ ਕਰੋ। ਬਸ ਫਿਰ ਅਸੀਂ ਨਾ 10-15-16 ਘਰ ਅਤੇ ਬਾਕੀ ਕਿਤੇ ਟੁੱਟ ਟੁੱਟ ਕੇ ਅਤੇ ਸਭ ਸਮਾਨ ਲੈ ਕੇ ਆਪਣਾ ਬੰਧ ਕੇ ਵਹਾਂ ਰੱਖੇ। ਉਹ ਇੱਕ ਕਲਫਿਓ ਲੱਗ ਗਿਆ, ਉਹ ਚਾਚਾ ਤਾਂ ਸਾਡੇ ਉਸਕੇ ਮਾਰੀ ਸੋਟੀ ਉਸ ਚੌਕੀਦਾਰ ਨੇ ਸਮਾਨ ਕੀ ਗਠੜੀਆਂ ਇੰਝ ਸੁੱਟ ਕੇ ਆ ਜਾਓ ਇੱਕ ਅੰਦਰ ਪੜ ਗਏ। ਉਹ ਸਮਾਨ ਵੀ ਕਿਸੇ ਨੇ ਚੁੱਕ ਲਿਆ, ਉਹ ਵੀ ਨਾ ਰਹਿ ਸਮਾਨ ਵੀ ਨਾ ਰਹਿ ਬਾਹਰ ਨਿਕਲ ਕੇ ਦੇਖੋ ਵਾਂ ਕੁਛ ਵੀ। ਪਿੰਡ ਜੇ ਆਪਾਂ ਧਨੌੜੀ ਦੀ ਗੱਲ ਕਰਦੇ ਹਾਂ, ਹਾਂਜੀ, ਅਤੇ ਧਨੌੜੀ ਪਿੰਡ ਦੇ ਵਿੱਚ ਜਦੋਂ ਤੁਸੀਂ 18-19 ਸਾਲਾਂ ਦੇ, ਹਾਂਜੀ, ਪੜ੍ਹਦੇ ਸੋ ਜਾਂ ਮਾਲ ਡੰਗਰ ਵਿਚਾਰਦੇ ਸੋ, ਕੀ ਕਰਦੇ ਸੋ? ਨਾ ਨਾ, ਪੜ੍ਹਦੇ ਕਿਆ, ਅਤੇ ਪੜ੍ਹਾ ਮੈਂ ਥੋੜ੍ਹੇ ਜਿਹੇ ਦਿਨਾਂ ਤਿੰਨ ਜਮਾਤਾਂ। ਕਿਹੜੇ ਸਕੂਲ ਗਏ ਜਾਂਦੇ ਸੋ? ਮਹਿੰਦੀ ਕੇ ਦਰਾਣੇ ਸਕੂਲ ਤਾਂ, ਮਹਿੰਦੀ ਕੇ ਦਰਾਣੇ, ਹਾਂ ਵਹਾਂ ਜਾ ਕਰ। ਕੌਣ ਪੜ੍ਹਾਉਂਦਾ ਹੁੰਦਾ ਸੀ? ਹਾਂਜੀ, ਪੜ੍ਹਾਉਂਦਾ ਕੌਣ ਸੀ ਉੱਥੇ? ਮਾਸਟਰ ਸੀ ਕਈ? ਨਾ ਨਹੀਂ ਯਾਰ, ਹੈਂ ਨਾ ਨਾ। ਅੱਛਾ ਅੱਛਾ, ਹਿੰਦੂ ਸੀ ਕੋਈ ਸਿੱਖ ਸੀ? ਤੁਹਾਡੇ ਨਾਲ ਕੋਈ ਤੁਹਾਡੇ ਹਾਣ ਦਾ ਮੁੰਡਾ ਯਾਦ ਹੈ ਹਿੰਦੂਆਂ ਦਾ ਜਾਂ ਕੋਈ ਸਿੱਖਾਂ ਦਾ? ਹੈਂਜੀ, ਹਾਣ ਦਾ ਤੁਹਾਡੇ ਦਾ ਕੋਈ? ਆਹੋ, ਕੋਈ ਹੈ ਮੁੰਡਾ ਯਾਦ ਜਿਹੜਾ ਉਹਨਾਂ ਦਾ ਤੁਹਾਡੇ ਨਾਲ ਕੋਈ ਖੇਡਦਾ ਖੂਡਦਾ ਹੋਵੇ? ਜਿਹੜੇ ਮੇਰੇ ਸਾਡੇ ਧਨੌੜੀ ਪਿੰਡ ਦੇ? ਆਹੋ, ਹਾਂ, ਬਹਾਦਰ ਨਾਂ ਤਾਂ, ਤਸੱਵਰ, ਹੈਦਰ, ਅਹਿਮਦ, ਕਈ ਮੁੰਡੇ ਤੇ ਇਹ ਤੇ ਆਪਣੀ ਬਰਾਦਰੀ ਦੇ? ਹਾਂਜੀ, ਦੂਜਿਆਂ ਦੇ ਹਿੰਦੂਆਂ ਦੇ? ਦੂਜੇ ਤਾਂ ਬਸ ਐਵੇਂ ਸੀ, ਨਹੀਂ ਯਾਰ ਨਾ, ਉਂਝ ਸਲਾਮ ਦੁਆ ਆਇਆ ਸੀ, ਪਿਆਰ ਸੀ, ਲੜਾਈ ਪੜ੍ਹਾਈ ਕੋਈ ਨਹੀਂ, ਲੜਾਈ ਤਾਂ ਬਸ ਬਸ ਸਿੱਖ ਤਾਂ। ਯਾਦ ਨਹੀਂ ਕੋਈ ਉਨ੍ਹਾਂ ਦਾ ਮੁੰਡਾ? ਹੈਂ, ਯਾਦ ਨਹੀਂ ਉਨ੍ਹਾਂ ਸਿੱਖਾਂ ਦਾ ਕੋਈ ਹਿੰਦੂਆਂ ਦਾ ਮੁੰਡਾ? ਨਾ, ਨੂੰ ਨਹੀਂ ਯਾਦ, ਨਾ ਨਹੀਂ ਯਾਰ, ਅੱਜ ਦੀ ਗੱਲ ਹੈ। ਅੱਛਾ, ਉਹ ਚਲੇ ਜਾਂਦੇ ਸੋ ਉਹਨਾਂ ਦੇ ਮੰਦਰ ਮੁੰਦਰ ਜਾਂ ਸਿੱਖਾਂ ਦੇ ਗੁਰਦੁਆਰੇ? ਆਹੋ, ਚਲੇ ਚਲੇ ਜਾਂਦੇ ਸੋ? ਅਸੀਂ ਵੀ ਚਲੇ ਜਾਂ ਤੇ ਉਹ ਵੀ ਮਸਜਿਦੋਂ ਆ ਕੇ ਆਵਾਜ਼ਾਂ, ਮੌਲਵੀ ਲਿਆਵਾਂ ਤਾਂ ਬੁਲਾ ਕੇ ਆਵਾਜ਼ਾਂ ਸੁਣੇ ਤੇ ਬਹਿ ਕੇ ਤਕਰੀਰਾਂ ਸੁਣੇ। ਅੱਛਾ ਅੱਛਾ, ਹਾਂਜੀ, ਤੇ ਉਹ ਆਉਂਦੇ ਹਲਵਾ ਹਲਵਾ ਵੀ ਖਾਂਦੇ ਰਹੇ ਜੀ? ਹੈਂਜੀ, ਹਲਵਾ ਵੀ ਖਾਧਾ ਉਹਨਾਂ ਦਾ? ਨਾ ਬੜਾ। ਅੱਛਾ, ਹਲਵਾ ਤਾਂ ਸਾਡੇ ਦੱਸਿਆ ਨਹੀਂ ਵੀ ਸਾਡੇ ਬੂਹੇ ਅੱਗੇ ਖੇੜਾ ਸੀ, ਇਹ ਜਨਾਨੀਆਂ ਦਲੀਆ ਦੁਲੀਆ ਲੈ ਕੇ ਆਉਂਗਰ ਤੀ, ਉਸ ਮਾਂ ਦੀਵੇ ਬਾਲਣ ਦੀ, ਇਤਨੀ ਇਤਨੀ ਬੁਰਕੀ ਰੱਖ ਜਾਂਦੀ ਅਤੇ ਖੜ੍ਹੇ ਹੋ ਜਾ, 2-7 ਬੁਰਕੀਆਂ ਉਸ ਮੋਰੀ ਮਾਂ ਰੱਖੇ ਤੇ ਅਸੀਂ ਡੰਡਾ ਲੈ ਕੇ ਪਿੱਛੇ ਖੜ੍ਹੇ ਹੋ ਜਾਵੇ, ਕੁੱਤਾ ਨਾ ਖਾ ਜਾ ਵਾ ਗਈ ਅਤੇ ਜਾ ਕੇ ਮੈਂ 7 ਬੁਰਕੀ।
मैं सत भी आप ही खा ले। केड़ा किसको बोलते हैं जी? केड़ा क्या बोलते हैं जी? आपके दरवाजे के सामने था, खेड़ा क्या बोलते हैं उसको? खेड़ा कहते, खेड़ा अल्लाह पे तो जाना क्या बोलेंगे। मंदिर सा इंज बना हुआ था, बीच में आया इतनी की जगह थी, उसमें दिवे पाड़े तीन दिन यहाँ आके दलिया लिया के आवा करी थी, सत बुरकियाँ बीच रखनी, बाकी इतना इतना दलिया साढ़े हाथों से रखनी। तो तुम सत भी खा लेनी? असं खड़े रहना जदों चले जाना, पर सत भी उठ सत बुड़के बड़ खा लेते। अच्छा ये दसो कि उदो वधिया सन हालात, जे आपां अखलाकी गल करिए, कोई ऐसा ना, कोई लड़ाई लड़ोई पढ़ाई बड़े तो बाद च काम खराब होया। हाँ जी। मस्जिद केड़ी साइड ते थी? हैं जी, मस्जिद मस्जिद भी एक ही साइड ते, अपना मस्जिद इमाम बारगा, इमाम बारगा इको साइड ते, इको साइड ते, ठीक ठीक, दरमियान में कोई नहीं, एक साइड ते। मंदिर केड़ी साइड ते पैंदा? हैं जी, मंदिर उन्हां दा उधर ची परे, दूजी साइड ते, साडे कोल नहीं सी मंदिर, दूसरी साइड ते। हाँ जी। खबर किथे सी हुण, अल्लाह पे ते जाणा है, हां पाकिस्तान मां आके बैठ गए, 72 साल हो गए। हां जी, मुड़के नहीं गए, मुड़के नहीं गए, मुड़के तो एक फेरी कहता एक बंदा भी चल चलिए हिंदुस्तान में, अपना रिश्तेदार है वो बेचारा, वो बीमार हो गया, उस पर फाल च गिर गया मंजी ते पया, अजे भी खरा दिल करदा जाण वेखण नूं जी, दिल करदा पिंड वेखण नूं जी, दिल करदा पिंड वेखण नूं दिल तो फिर रहण तो करदा भी चलो फिर पूरा आइए वेख आइए, बाकी कौन इतनी दूर जाया जा। लो जी, बजुर्गां नाल कीती गलबात ते उन्हां कोलों पुछी उन्हां दी कहानी, ਕਿਵੇਂ ਉੱਧਰ ਵੱਸਦੇ ਸਨ, ਕਿਹੜਾ ਪਿੰਡ ਸੀ, ਕਿਵੇਂ ਇੱਧਰ ਆਏ। ਸੋ ਇਹਨਾਂ ਕਹਾਣੀਆਂ ਨਾਲ ਸਟੋਰੀਆਂ ਦੇ ਰਾਹੀਂ ਆਪਾਂ ਜਿਹੜੀ 1947 ਤੋਂ ਪਹਿਲਾਂ ਦੀ ਸਾਂਝ ਸੀ, ਪਿਆਰ ਸੀ, ਮੁਹੱਬਤ ਸੀ, ਉਹਨੂੰ ਅਸਰੇ ਨੌ ਦੁਬਾਰਾ ਤੋਂ ਬਹਾਲ ਕਰਨ ਦਾ, ਉਹਨੂੰ ਉਸ ਪਿਆਰ ਮੁਹੱਬਤ ਨੂੰ ਦੁਬਾਰਾ ਉਜਾਗਰ ਕਰਨ ਦੀ ਕੋਸ਼ਿਸ਼ ਕਰੀ ਦੀ ਆ, ਦੋਵਾਂ ਪਾਸੇ ਦੀ ਆਵਾਮ ਤੱਕ ਵੀਡੀਓਜ਼ ਰੱਖ ਕੇ ਕਿ ਪਹਿਲਾਂ ਕਿਵੇਂ ਲੋਕ ਵੱਸਦੇ ਸੀ, ਇਹ 1947 ਦੀ ਜਿਹੜੀ ਵੰਡ ਹੋਈ, ਵਾਇਲੈਂਸ ਹੋਈ, ਉਹਦੇ ਵਿੱਚ ਆ ਕੇ ਲੋਕਾਂ ਦੇ ਮੀਡੀਆ ਦੀ ਆਪਾਂ ਜੇ ਗੱਲ ਕਰ ਲਈਏ, ਮੇਨ ਸਟ੍ਰੀਮ ਮੀਡੀਆ ਦੀ, ਉਹ ਜ਼ਿਹਨਾਂ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਕਿ ਸਾਡੇ ਦੁਸ਼ਮਣ ਦੇ ਸੀ, ਉਹਨਾਂ ਦੇ ਦੁਸ਼ਮਣ, ਹਾਲਾਂਕਿ ਜਿਵੇਂ ਬਜ਼ੁਰਗਾਂ ਦੱਸਿਆ ਕਿ ਪਹਿਲਾਂ ਦੀ ਐਸੀ ਕੋਈ ਗੱਲ ਨਹੀਂ ਸੀ, ਹਿੰਦੂਆਂ ਦੇ ਮੰਦਰਾਂ 'ਚ ਜਾ ਕੇ ਵੀ ਉਹ ਖਾ ਲੈਂਦੇ ਸੀ, ਉਹ ਵੀ ਮਸਜਿਦਾਂ 'ਚ ਜਾ ਲੈਂਦੇ ਸੀ, ਬੜਾ ਵਧੀਆ ਵਾਸਤੇ ਸਨ। ਸੋ ਬਾਬਾ ਜੀ, ਇੱਕ ਹੋਰ ਗੱਲ ਦੱਸ ਦਿਓ, ਜਿਹੜੀ ਕਤਲੋ ਗਾਰਤ ਹੋਈ ਸੀ ਜੀ ਰਾਹ ਦੇ ਵਿੱਚ ਜੀ, ਜੇ ਪਹਿਲਾਂ ਤੁਹਾਡਾ ਇੰਨਾ ਪਿਆਰ ਸੀ ਆਪਸ ਦੇ ਵਿੱਚ, ਹਾਂਜੀ, ਉਹਦੇ ਵਿੱਚ ਕਿਉਂ ਇਸ ਤਰ੍ਹਾਂ ਹੋਇਆ ਇੱਕ ਦੂਜੇ ਨੂੰ ਮਾਰਨ ਲੱਗ? ਇਹ ਤਾਂ ਫਿਰ ਤੈਨੂੰ ਪਤਾ ਵੀ ਜਦੋਂ ਦੁਸ਼ਮਣੀਆਂ ਪੈ ਜਾਂਦੀਆਂ, ਜਿਹੜੇ ਬੰਦੇ ਸਹੀ ਤੇ ਨਾ ਉਹ ਨਹੀਂ ਸੀ ਮਾਰਦੇ, ਉਹ ਪਿਆਰ ਕਰਦੇ ਸੀ, ਮਾੜੇ ਲੋਕ ਵੇਚ ਸਨ ਜਿਹੜੇ ਉਹਨਾਂ ਦਾ ਕੰਮ ਸੀ, ਬਸ ਜਿਹੜੇ ਭੈੜੇ ਸੀ ਨਾ ਉਹ ਜਿਹੜੇ ਅੱਗੇ ਵੀ ਲੜਦੇ ਪੜਦੇ ਲਿੜਦੇ ਪਿੜਦੇ ਰਹਿੰਦੇ ਸੀ, ਜਲੂਸ ਆਇਆ ਤੇ ਲੜ ਪਏ, ਹੈਂਜੀ, ਉਹਨਾਂ ਨੇ ਐਵੇਂ ਕੀਤਾ। ਹਾਂਜੀ, ਬਹੁਤ ਸ਼ੁਕਰੀਆ ਬਜ਼ੁਰਗੋ। ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀਜ਼ ਤੁਹਾਡੇ ਤੱਕ ਰੱਖਦੇ ਰਹਾਂਗੇ, ਮਿਲਦੇ ਹਾਂ ਫਿਰ, ਰੱਬ ਰੱਖ।